E9 ਪੰਜਾਬੀ ਸਾਡੀ ਬੋਲੀ ਸਾਡਾ ਮਾਣ। ਮੈਂ ਹਾਂ ਸੁਖਵਿੰਦਰ ਸਿੰਘ ਖਾਸਰੀਆ ਅਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਸਰਗਰਮੀਆਂ ਦਾ ਖਾਸ ਬੁਲੇਟਿਨ ਪੰਜਾਬ ਇਸ ਵੇਲੇ। ਸਭ ਤੋਂ ਪਹਿਲਾਂ ਇੱਕ ਨਜ਼ਰ ਆਈ ਦੀਆਂ ਕੁਝ ਅਹਿਮ ਅਤੇ ਖਾਸ ਸੁਰਖੀਆਂ 'ਤੇ। ਮਸ਼ਹੂਰ ਪੰਜਾਬੀ ਗਾਇਕ ਪਰਮੀਸ਼ ਵਰਮਾ 'ਤੇ ਹੋਇਆ ਜਾਨਲੇਵਾ ਹਮਲਾ, ਦੋ ਕਾਰ ਸਵਾਰਾਂ ਵੱਲੋਂ ਹਮਲੇ ਦਾ ਸ਼ੱਕ, CCTV ਕੈਮਰਿਆਂ ਨੂੰ ਖੰਗਾਲ ਰਹੀ ਹੈ ਪੁਲਿਸ, ਫੇਸਬੁੱਕ 'ਤੇ ਹਮਲੇ ਦੀ ਜ਼ਿੰਮੇਵਾਰੀ ਵੀ ਸ਼ੁਰੂ ਕੀਤੀ ਪੜਤਾਲ। ਵਿਸਾਖੀ ਮੌਕੇ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਤਲਵੰਡੀ ਸਾਬੋ 'ਚ ਸਜਾਈ ਗਈ ਸਿਆਸੀ ਕਾਨਫਰੰਸ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵਿਸ਼ੇਸ਼ ਰੂਪ ਤੋਂ ਕੀਤੀ ਸ਼ਿਰਕਤ। ਅਕਾਲੀ ਭਾਜਪਾ ਗੱਠਜੋੜ ਨੂੰ ਲਿਆ ਨਿਸ਼ਾਨੇ 'ਤੇ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਕੀਤਾ ਪਲਟਵਾਰ। ਫਗਵਾੜਾ ਵਿਖੇ ਦੋ ਵਰਗਾਂ ਦੀ ਹੋਈ ਝੜਪ 'ਚ ਜ਼ਖਮੀਆਂ ਦਾ ਸਰਕਾਰ ਕਰਵਾਏਗੀ ਇਲਾਜ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਾਰੀ ਕੀਤੇ ਨਿਰਦੇਸ਼। ਹੁਸ਼ਿਆਰਪੁਰ, ਕਪੂਰਥਲਾ, ਜਲੰਧਰ ਅਤੇ SBS ਨਗਰ 'ਚ ਸੁਰੱਖਿਆ ਦੇ ਮੱਦੇਨਜ਼ਰ ਇੰਟਰਨੈੱਟ ਸੇਵਾਵਾਂ ਵੀ ਕੀਤੀਆਂ ਠੱਪ। ਕਾਨੂੰਨ ਵਿਵਸਥਾ ਨੂੰ ਭੰਗ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਦੇ ਦਿੱਤੇ ਨਿਰਦੇਸ਼। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮਨਾਇਆ ਗਿਆ ਖਾਲਸੇ ਦਾ ਸਾਜਨਾ ਦਿਵਸ, ਸੰਗਤਾਂ ਨੇ ਸ਼ਰਧਾ ਅਤੇ ਭਾਵਨਾ ਦੇ ਨਾਲ ਭਰੀ ਗੁਰੂ ਘਰ 'ਚ ਹਾਜ਼ਰੀ। ਖਾਲਸਾਈ ਖੇਡਾਂ ਰਹੀਆਂ ਖਿੱਚ ਦਾ ਕੇਂਦਰ। ਜਥੇਦਾਰ ਗਿਆਨੀ ਰਘਵੀਰ ਸਿੰਘ ਨੇ ਸਿੱਖ ਸੰਗਤਾਂ ਨੂੰ ਦਿੱਤੀ ਵਧਾਈ। ਫਿਰੋਜ਼ਪੁਰ ਦੇ ਸਿਵਲ ਹਸਪਤਾਲ 'ਚ ਡਾਕਟਰ ਨੇ ਮਹਿਲਾ ਨਾਲ ਕੀਤੀ ਕੁੱਟਮਾਰ, ਕੁੱਟਮਾਰ ਦਾ ਵੀਡੀਓ ਵੀ ਹੋਇਆ ਵਾਇਰਲ। ਡਾਕਟਰ ਨੇ ਮੀਡੀਆ ਸਾਹਮਣੇ ਮੰਨੀ ਗਲਤੀ, ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਕੀਤੀ ਸ਼ੁਰੂ। ਅਤੇ ਨਹੀਂ ਰੁਕ ਰਿਹਾ ਪੰਜਾਬ ਦੇ ਵਿੱਚ ਕਿਸਾਨ ਖੁਦਕੁਸ਼ੀਆਂ ਦਾ ਸਿਲਸਿਲਾ। ਪੰਜਾਬ ਦੇ ਦੋ ਹੋਰ ਕਿਸਾਨਾਂ ਨੇ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਕੀਤੀ ਖੁਦਕੁਸ਼ੀ, ਪਰਿਵਾਰਾਂ ਵੱਲੋਂ ਸਰਕਾਰ ਤੋਂ ਵਿੱਤੀ ਮਦਦ ਦੀ ਮੰਗ। ਅਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮੋਹਾਲੀ ਦੇ ਵਿੱਚ। ਅੱਜ ਮਸ਼ਹੂਰ ਗਾਇਕ, ਵੀਡੀਓ ਡਾਇਰੈਕਟਰ ਅਤੇ ਅਦਾਕਾਰ ਪਰਮੀਸ਼ ਵਰਮਾ ਦੇ ਉੱਤੇ ਕੁਝ ਅਣਪਛਾਤੇ ਲੋਕਾਂ ਦੇ ਵੱਲੋਂ ਹਮਲਾ ਕੀਤਾ ਗਿਆ ਹੈ। ਇਸ ਹਮਲੇ ਦੇ ਵਿੱਚ ਪਰਮੀਸ਼ ਵਰਮਾ ਜ਼ਖਮੀ ਹੋਏ ਨੇ, ਜਿਨ੍ਹਾਂ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਹਨਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਦੋ ਕਾਰਾਂ 'ਤੇ ਆਏ ਕੁਝ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਪਰਮੀਸ਼ ਵਰਮਾ ਨੂੰ ਹਮਲੇ ਦਾ ਸ਼ਿਕਾਰ ਬਣਾਇਆ ਗਿਆ, ਜਿਸ ਵਿੱਚ ਪਰਮੀਸ਼ ਵਰਮਾ ਜ਼ਖਮੀ ਹੋਏ ਹਨ ਅਤੇ ਉਹਨਾਂ ਦਾ ਇੱਕ ਦੋਸਤ ਵੀ ਇਹਨਾਂ ਦੇ ਨਾਲ ਜ਼ਖਮੀ ਹੋਇਆ, ਜਿਨ੍ਹਾਂ ਨੂੰ ਫੋਰਟਿਸ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਇਹ ਹਮਲਾ ਉਸ ਸਮੇਂ ਵਾਪਰਿਆ ਜਦੋਂ ਪਰਮੀਸ਼ ਵਰਮਾ ਇਲਾਂਟੇ ਮਾਲ ਤੋਂ ਆਪਣੇ ਘਰ ਵਾਪਸ ਜਾ ਰਹੇ ਹਨ। ਹਾਲਾਂਕਿ ਸੋਸ਼ਲ ਮੀਡੀਆ ਦੇ ਫੇਸਬੁੱਕ ਉੱਤੇ ਵੀ ਇਸ ਸ਼ਖਸ ਦੇ ਵੱਲੋਂ ਇਸ ਹਮਲੇ ਦੀ ਜ਼ਿੰਮੇਵਾਰੀ ਲਈ, ਪਰ ਅਸਲ ਹਮਲਾਵਾਰ ਕੌਣ ਹੈ ਉਸਦਾ ਪਤਾ ਪੁਲਿਸ ਜਾਂਚ ਤੋਂ ਬਾਅਦ ਹੀ ਲੱਗੇਗਾ। ਉੱਧਰ ਮੋਹਾਲੀ ਦੇ SSP ਕੁਲਦੀਪ ਚਹਿਲ ਨੇ ਵੀ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਘਟਨਾ ਵਾਲੀ ਜਗ੍ਹਾ ਦੇ ਆਸ ਪਾਸ ਲੱਗੇ CCTV ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਕੱਲ੍ਹ 12:30 ਵਜੇ ਜਬ ਮੁਝੇ ਪਹਿਲਾਂ ਇਨਕਾ ਪਰਸਨਲ ਫੋਨ ਇਨਕਾ ਆਇਆ ਥਾ ਅਤੇ ਮੇਰੇ ਉੱਪਰ SS ਕਿਸੀ ਨੇ ਗੋਲੀਆਂ ਚਲਾ ਦੀ। ਇਮੀਡੀਏਟਲੀ ਹਮ ਸਪੋਟ ਪੇ ਪਹੁੰਚ ਗਏ ਥੇ ਔਰ ਹਮਨੇ ਜਾ ਕੇ ਜੋ ਵੀ ਇਨਵੈਸਟੀਗੇਸ਼ਨ ਕੀ ਉਸਮੇ ਯੇ ਹੈ ਕਿ ਉਸਕੇ ਟਾਂਗ ਮੇਂ ਗੋਲੀ ਲੱਗੀ। ਕਿਸੀ ਅਨਨੋਨ ਕੋਈ ਵਾਈਟ ਕਲਰ ਕੀ ਕ੍ਰੇਟਾ ਗਾੜੀ ਵਾ ਆਈ ਥੀ ਔਰ ਇੱਕਦਮ ਗਾੜੀ ਇਨਕੇ ਆਗੇ ਲਗਾ ਕੇ ਔਰ ਉਹਨਾਂ ਨੇ ਇੱਕਦਮ ਫਾਇਰਿੰਗ ਸਟਾਰਟ ਕਰ ਦਿੱਤੀ। ਕੱਲ੍ਹ 12:30 ਵਜੇ ਜਬ ਮੁਝੇ ਪਹਿਲਾਂ ਇਨਕਾ ਪਰਸਨਲ ਫੋਨ ਇਨਕਾ ਆਇਆ ਥਾ ਅਤੇ ਮੇਰੇ ਉੱਪਰ SS ਕਿਸੀ ਨੇ ਗੋਲੀਆਂ ਚਲਾ ਦੀ। ਇਮੀਡੀਏਟਲੀ ਹਮ ਸਪੋਟ ਪੇ ਪਹੁੰਚ ਗਏ ਥੇ ਔਰ ਹਮਨੇ ਜਾ ਕੇ ਜੋ ਵੀ ਇਨਵੈਸਟੀਗੇਸ਼ਨ ਕੀ ਉਸਮੇ ਯੇ ਹੈ ਕਿ ਉਸਕੇ ਟਾਂਗ ਮੇਂ ਗੋਲੀ ਲੱਗੀ। ਕਿਸੀ ਅਨਨੋਨ ਕੋਈ ਵਾਈਟ ਕਲਰ ਕੀ ਕ੍ਰੇਟਾ ਗਾੜੀ ਵਾ ਆਈ ਥੀ ਔਰ ਇੱਕਦਮ ਗਾੜੀ ਇਨਕੇ ਆਗੇ ਲਗਾ ਕੇ ਔਰ ਉਹਨਾਂ ਨੇ ਇੱਕਦਮ ਫਾਇਰਿੰਗ ਸਟਾਰਟ ਕਰ ਦਿੱਤੀ। ਇਹ ਚੀਜ਼ ਅੱਜ ਸੁਬਹਾ ਹੀ ਨੌਲੇਜ ਮੇਂ ਆਈ ਹੈ। ਇਨਕੇਸ ਜੋ ਪਹਿਲੇ ਹਮਾਰੀ ਕੋਈ ਐਸੀ ਕੋਈ ਬਾਤ ਹੋਈ ਨਹੀਂ ਹੈ, ਲੇਕਿਨ ਜੋ ਵੀ ਐਸੀ ਤਰ੍ਹਾਂ ਦੀ ਕੋਈ ਧਮਕੀ ਵਗੈਰਾ ਆਤੀ ਤਾਂ ਹਮ ਇਮੀਡੀਏਟਲੀ ਉਨਕੋ ਸਿਕਿਉਰਟੀ ਪ੍ਰੋਵਾਈਡ ਕਰਵਾ ਦਿੱਤੇ ਹੈ ਜਾਂ ਕੋਈ ਇਸ ਤਰ੍ਹਾਂ ਕਿ ਹਮ ਇਹਤਿਆਤ ਅਸੀਂ ਮਤਲਬ ਉਸਮੇਂ ਜ਼ਰੂਰ ਵਰਤੇ। ਵੀ ਗੋਟ ਸਮ ਕਲਿਊ, ਵੀ ਗੋਟ ਸਮ CCTV ਫੁਟੇਜ ਆਲਸੋ, ਉਸ 'ਤੇ ਵੀ ਆਰ ਵਰਕਿੰਗ ਔਨ ਦੈਟ ਐਂਡ ਫਰਦਰ ਜੋ ਵੀ ਇਨਵੈਸਟੀਗੇਸ਼ਨ ਆਏਗਾ ਵੀ ਵਿਲ ਡੂ ਦੈਟ। ਅਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅੱਜ ਵਿਸਾਖੀ ਦੇ ਮੌਕੇ 'ਤੇ ਕਾਂਗਰਸ ਦੇ ਵੱਲੋਂ ਤਲਵੰਡੀ ਸਾਬੋ ਵਿਖੇ ਇੱਕ ਵਿਸ਼ਾਲ ਰੈਲੀ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿੱਚ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੋਂ ਇਲਾਵਾ ਕਾਂਗਰਸ ਦੇ ਵੱਡੇ ਆਗੂਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਮਨਪ੍ਰੀਤ ਬਾਦਲ ਨੇ ਸਟੇਜ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੂੰ ਨਿਸ਼ਾਨੇ 'ਤੇ ਲਿਆ।
ਉਹਨਾਂ ਅਕਾਲੀ ਭਾਜਪਾ ਗੱਠਜੋੜ ਤੇ ਵਰਦਿਆਂ ਕਿਹਾ ਕਿ ਪਿਛਲੇ 10 ਸਾਲਾਂ ਦੇ ਵਿੱਚ ਅਕਾਲੀ ਭਾਜਪਾ ਦੀ ਸਰਕਾਰ ਦੇ ਵੱਲੋਂ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਲੁੱਟਿਆ ਗਿਆ। ਉਹਨਾਂ ਕਿਹਾ ਕਿ ਕਿਸਾਨਾਂ ਦੇ ਸਿਰ ਜੋ ਅੱਜ ਕਰਜ਼ਾ ਹੈ ਉਹ ਵੀ ਅਕਾਲੀ ਭਾਜਪਾ ਸਰਕਾਰ ਦੀ ਹੀ ਦੇਣ ਹੈ। ਉਹਨਾਂ ਸੁਨੀਲ ਜਾਖੜ ਅਤੇ ਕੈਪਟਨ ਦੇ ਵਿੱਚ ਨਾਰਾਜ਼ਗੀ ਦੀ ਗੱਲ ਨੂੰ ਸਿਰੇ ਤੋਂ ਨਕਾਰ ਦਿੱਤਾ ਅਤੇ ਤਰਕ ਦਿੰਦਿਆਂ ਕਿਹਾ ਕਿ ਜੇਕਰ ਨਾਰਾਜ਼ਗੀ ਹੁੰਦੀ ਤਾਂ ਅੱਜ ਦੋਵੇਂ ਆਗੂ ਜਲੰਧਰ ਵਿਖੇ ਕਰਵਾਏ ਜਾ ਰਹੇ ਸਮਾਗਮ 'ਚ ਇਕੱਠੇ ਨਾ ਹੁੰਦੇ। ਇਸ ਤੋਂ ਇਲਾਵਾ ਮਨਪ੍ਰੀਤ ਬਾਦਲ ਨੇ ਕਈ ਹੋਰ ਮੁੱਦਿਆਂ ਉੱਤੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ। ਪੰਜਾਬ ਦੇ ਲੋਕਾਂ ਨੂੰ ਵਿਸਾਖੀ ਦੇ ਇਸ ਮੁਕੱਦਸ ਅਤੇ ਮੁਬਾਰਕ ਤਿਉਹਾਰ 'ਤੇ ਮੁਬਾਰਕਬਾਦ ਪੇਸ਼ ਕਰਦਾ ਔਰ ਪਰਮਾਤਮਾ ਅੱਗੇ ਇਹ ਦੁਆ ਗੋ ਹੈ ਕਿ ਪਰਮਾਤਮਾ ਹਿੰਦੁਸਤਾਨ ਦੀ ਹਿਫਾਜ਼ਤ ਕਰੇ, ਪੰਜਾਬ ਹਿੰਦੁਸਤਾਨ ਦੇ ਲੋਕਾਂ ਨੂੰ ਤਾਕਤ ਦੇਵੇ ਔਰ ਪੰਜਾਬ ਦੇ ਜਿਹੜੇ ਗਰੀਬ ਲੋਕ ਹੈ ਉਹਨਾਂ ਦੇ ਚਿਹਰਿਆਂ 'ਤੇ ਪਰਮਾਤਮਾ ਖੁਸ਼ੀ ਅਤਾ ਫਰਮਾਵੇ। ਅਤੇ ਜਿਹੜਾ ਅਕਾਲੀ ਦਲ ਦਾ ਜਿਹੜਾ ਇਹ ਬਿਆਨ ਹੈ ਇਹ ਉਹਨਾਂ ਦੇ ਖਾਬਾਂ 'ਚ, ਸੁਪਨਿਆਂ 'ਚ ਅਤੇ ਖਿਆਲਾਂ 'ਚ ਤਾਂ ਹੋ ਸਕਦਾ, ਪਰ ਜੇ ਤੁਸੀਂ ਆਪਣੇ ਜਿਹੜੇ ਸਾਥੀ ਹੈ ਜਿੱਥੇ CM ਸਾਹਿਬ ਦਾ ਫੰਕਸ਼ਨ ਹੈ ਤਾਂ ਅੱਜ ਜਾਖੜ ਸਾਹਿਬ ਅਤੇ CM ਸਾਹਿਬ ਇਕੱਠੇ ਉਸ ਫੰਕਸ਼ਨ 'ਚ ਹਾਜ਼ਰ ਹੈ। ਅਕਾਲੀ ਦਲ ਨੇ 10 ਸਾਲ ਦੌਰੇ ਹਕੂਮਤ 5 ਪੈਸੇ ਵੀ ਕਿਸੇ ਕਿਸਾਨ ਦੇ ਮਾਫ਼ ਨਹੀਂ ਕੀਤੇ, ਪਰ ਵਿਧਾਨ ਸਭਾ 'ਚ ਉਹਨਾਂ ਨੇ ਸ਼ਦੀਦ ਇਤਰਾਜ਼ ਅਤੇ ਇਤਜਾਜ਼ ਕੀਤਾ ਕਿ ਸਾਰੇ ਕਿਸਾਨਾਂ ਦਾ ਸਾਰਾ ਕਰਜ਼ਾ ਮਾਫ਼ ਕੀਤਾ ਜਾਵੇ। ਤਾਂ ਜਾਖੜ ਸਾਹਿਬ ਨੇ ਅਕਾਲੀ ਦਲ, ਆਮ ਆਦਮੀ ਪਾਰਟੀ ਅਤੇ ਕੁਛ ਕਾਂਗਰਸ ਦੇ ਵੀ ਲੀਡਰ ਸਨ ਜਿਹੜੇ ਕਿ ਵੱਡੇ ਕਿਸਾਨ ਹੈ ਔਰ ਉਹਨਾਂ 'ਤੇ ਕਰੋੜਾਂ ਰੁਪਏ ਦਾ ਕਰਜ਼ਾ ਹੈ, ਤਾਂ ਜਾਖੜ ਸਾਹਿਬ ਨੇ ਇਹ ਇਤਰਾਜ਼ ਕੀਤਾ ਸੀ ਵੀ ਕੀ ਇਹਨਾਂ ਦੇ ਕਰਜ਼ੇ ਮਾਫ਼ ਹੋਣੇ ਚਾਹੀਦੇ ਕਿ ਆਮ ਆਦਮੀ ਦਾ ਕਰਜ਼ਾ ਮਾਫ਼ ਹੋਣਾ ਚਾਹੀਦਾ। ਸੋ ਮੇਰਾ ਵੀ ਇਹੀ, ਮੈਂ ਉਹਨਾਂ ਦੀ ਇਸ ਗੱਲ ਨਾਲ ਮੁਤਫਿਕ ਹੈ ਕਿ ਜਿਹੜਾ ਕਰਜ਼ਾ ਮਾਫ਼ੀ ਹੈ ਉਹ ਗਰੀਬ ਵਾਸਤੇ, ਉਹ ਜਿਹੜੇ ਮੱਧਮ ਕਿਸਾਨ ਹੈ ਉਹਨਾਂ ਦਾ ਮਾਫ਼ ਹੋਣਾ ਚਾਹੀਦਾ, ਜਿਹੜੇ ਮੇਰੇ ਵਰਗੇ ਅਮੀਰ ਕਿਸਾਨ ਹੈ ਉਹਨਾਂ ਦਾ ਕਰਜ਼ਾ ਮਾਫ਼ ਨਹੀਂ ਹੋਣਾ ਚਾਹੀਦਾ। ਵਿਸਾਖੀ ਮੌਕੇ ਤਲਵੰਡੀ ਸਾਬੋ ਵਿਖੇ ਕਾਂਗਰਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੀ ਇੱਕ ਵਿਸ਼ਾਲ ਰੈਲੀ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਸਾਬਕਾ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਕਾਂਗਰਸ ਸਰਕਾਰ ਨੂੰ ਖੂਬ ਰਗੜੇ ਲਾਏ। ਉਹਨਾਂ ਕਿਹਾ ਕਿ ਜੇਕਰ ਕਾਂਗਰਸ ਸਰਕਾਰ ਵੱਲੋਂ ਟੈਕਸਾਂ ਨੂੰ ਵਾਪਸ ਨਾ ਲਿਆ ਤਾਂ ਸ਼੍ਰੋਮਣੀ ਅਕਾਲੀ ਦਲ ਆਉਣ ਵਾਲੇ ਸਮੇਂ ਵਿੱਚ ਇੱਕ ਵੱਡੇ ਧਰਨੇ ਦਾ ਐਲਾਨ ਕਰੇਗਾ। ਇਸ ਤੋਂ ਇਲਾਵਾ ਉਹਨਾਂ ਨਵਜੋਤ ਸਿੰਘ ਸਿੱਧੂ ਮਾਮਲੇ ਉੱਤੇ ਵੀ ਆਪਣੀ ਪ੍ਰਤੀਕਿਰਿਆ ਜ਼ਾਹਰ ਕੀਤੀ। ਉੱਥੇ ਇਸ ਮੌਕੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਕਾਂਗਰਸ ਸਰਕਾਰ ਨੂੰ ਨਿਸ਼ਾਨੇ 'ਤੇ ਲਿਆ। ਕੀ ਦੂਰ ਕਰਨੇ, ਮੁੱਖ ਮੰਤਰੀ ਬਣਨ ਤੋਂ ਬਾਅਦ ਨਾ ਇੱਥੇ ਕਦੇ ਆ ਕੇ ਮੱਥਾ ਟੇਕਿਆ,
ਨਾ ਕਰਜ਼ਾ ਮਾਫੀ 'ਚ ਆਏ ਅਤੇ ਨਾ ਅੱਜ ਵਿਸਾਖੀ ਦੇ ਸ਼ੁਭ ਦਿਹਾੜੇ 'ਚ ਪਹੁੰਚੇ ਨੇ ਅਤੇ ਮੁੱਖ ਮੰਤਰੀ ਕਿੰਨਾ ਲੋਕਾਂ ਤੋਂ ਬੇਪਰਵਾਹ ਹੈਗਾ, ਕਿੰਨਾ ਲੋਕਾਂ ਤੋਂ ਟੁੱਟੇ ਹੋਏ ਨੇ, ਇਹ ਸਿੱਧਾ ਇਹ ਸੰਕੇਤ ਹੈ। ਆਹੀ ਕਾਰਨ ਹੈ ਕਿ ਨਾ ਇਹਨਾਂ ਦੀ ਕੈਬਨਿਟ ਚੱਲ ਰਹੀ ਹੈ, ਨਾ ਇਹਨਾਂ ਦੀ ਸਰਕਾਰ ਚੱਲ ਰਹੀ ਹੈ, ਨਾ ਜ਼ਮੀਨ 'ਚ ਕੋਈ ਪ੍ਰਸ਼ਾਸਨ ਚੱਲ ਰਿਹਾ ਹੈਗਾ ਅਤੇ ਲੋਕ ਖੱਜਲ ਖਵਾਰ ਨੇ। ਉਧਰ ਪੰਜਾਬ ਦੇ ਸਾਬਕਾ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਵੀ ਕਾਂਗਰਸ ਨੂੰ ਖੂਬ ਰਗੜੇ ਲਗਾਏ। ਉਹਨਾਂ ਨੇ ਸਟੇਜ ਤੋਂ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਨੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ ਜੋ ਕਾਂਗਰਸ ਵੱਲੋਂ ਪੂਰਾ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ ਬਿਕਰਮ ਸਿੰਘ ਮਜੀਠੀਆ ਨੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਵੀ ਖੂਬ ਰਗੜੇ ਲਾਏ। ਉਹਨਾਂ ਕਿਹਾ ਕਿ ਸਰਕਾਰ ਸਿੱਧੂ ਦੇ ਮਾਮਲੇ 'ਚ ਘੱਟ ਸਜ਼ਾ ਦੀ ਮੰਗ ਕਰਕੇ ਸਿੱਧੂ ਨੂੰ ਬਚਾਉਣ ਦਾ ਯਤਨ ਕਰ ਰਹੀ ਹੈ। ਉਹਨਾਂ ਇਹ ਵੀ ਕਿਹਾ ਕਿ ਰਾਹੁਲ ਗਾਂਧੀ ਨੂੰ ਚਾਹੀਦਾ ਕਿ ਉਹ ਸਿੱਧੂ ਨੂੰ ਅਹੁਦੇ ਤੋਂ ਉਤਾਰ ਦੇਣ। ਇਸ ਤੋਂ ਇਲਾਵਾ ਬਿਕਰਮ ਸਿੰਘ ਮਜੀਠੀਆ ਨੇ ਕਈ ਹੋਰ ਮੁੱਦਿਆਂ ਉੱਤੇ ਵੀ ਨਵਜੋਤ ਸਿੰਘ ਸਿੱਧੂ, ਕੈਪਟਨ ਅਮਰਿੰਦਰ ਸਿੰਘ ਅਤੇ ਮਨਪ੍ਰੀਤ ਸਿੰਘ ਬਾਦਲ ਨੂੰ ਨਿਸ਼ਾਨੇ 'ਤੇ ਲਿਆ। ਜਾਂ ਦੋ ਚਾਰ ਹੋਰ ਨੇ ਜਿਹੜੇ ਪੱਕੇ ਕਾਂਗਰਸੀ, ਉਹ ਤਾਂ ਮਗਰਲੀਆਂ ਕੁਰਸੀਆਂ ਨਾਲ ਲਮਕਦੇ ਫਿਰਦੇ, ਆਪਦੀ ਜਾਨ ਬਚਾਉਂਦੇ ਫਿਰਦੇ ਆ, ਤੇ ਜਿਹੜਾ ਰੋਜ਼ ਉਡਾਰੀ ਮਾਰ ਕੇ ਕਦੇ ਕਿਸੇ ਪਾਰਟੀ ਤੇ ਕਦੇ ਕਿਸੇ ਪਾਰਟੀ ਤੇ, ਉਹ ਮੈਂ ਕਿਹਾ ਮੁਰਲੀ ਕਤਾਰਾਂ 'ਚ ਬੈਠੇ ਆ। ਜਿਹੜਾ ਰੋਜ਼ ਜਹਾਜ਼ ਚੜ੍ਹੇ ਨਾ ਤੇ ਅੰਗਰੇਜ਼ੀ 'ਚ ਉਹਨੂੰ ਕਿਹੋ ਜਿਹਾ ਚਿੱਠੀ ਫੜਾ ਦਿੰਦੇ ਆ ਜਹਾਜ਼ ਵਾਲੇ ਕਿ ਤੂੰ ਫਰੀਕੁਐਂਟ ਫਲਾਈਅਰ। ਫਰੀਕੁਐਂਟ ਫਲਾਈਅਰ ਦਾ ਮਤਲਬ ਸਮਝਦੇ ਹੋ ਕਿ ਇਹਨੇ ਰੋਜ਼ ਜਹਾਜ਼ ਚੜ੍ਹਨਾ, ਕਦੇ ਇੱਧਰ ਨੂੰ ਕਦੇ ਉੱਧਰ ਨੂੰ, ਕਦੇ ਟਿਕਾਣਾ ਕੋਈ ਨਹੀਂ ਉਹਨਾਂ ਦਾ। ਤੇ ਮੈਂ ਕਿਹਾ ਜਿਹੜਾ ਖਜ਼ਾਨਾ ਮੰਤਰੀ ਹੈ ਇਹਦੀ ਜਾਨ ਨੂੰ ਰੋਂਦੇ ਹੋ ਨਾ ਤੁਸੀਂ ਸਾਰੇ। ਵੈਸੇ ਮੈਨੂੰ ਤਾਂ ਆਸ ਸੀ ਕਿ ਬਾਦਲ ਸਾਹਿਬ ਦਾ ਇਹ ਕਹਿੰਦੇ ਕਿ ਬਾਦਲ ਖਜ਼ਾਨਾ ਮੰਤਰੀ ਬਾਦਲ ਹੈ, ਮਗਰ ਮੇਰੇ ਵੀਰੋ ਉਹ ਅਸਲੀ ਅਤੇ ਡੁਪਲੀਕੇਟ ਦਾ ਬੜਾ ਫਰਕ ਹੁੰਦਾ, ਪਤਾ ਤਾਂ ਲੱਗ ਗਿਆ ਹੋਣਾ। ਹੁਣ ਖਜ਼ਾਨਾ ਮੰਤਰੀ ਬਾਦਲ ਹੈ ਮਗਰ ਉਹਨੇ ਚੀਕਾਂ ਕਢਾਤੀਆਂ ਸਾਰੇ ਪੰਜਾਬ ਦੇ ਲੋਕਾਂ ਦੀਆਂ, ਮਗਰ ਮੈਨੂੰ ਲੱਗਦਾ ਬਠਿੰਡੇ ਵਾਲਿਆਂ 'ਤੇ ਤਾਂ ਤਰਸ ਕਰਦਾ ਹੋਣਾ ਕਿ ਨਹੀਂ ਕਰਦਾ, ਤੁਹਾਡੇ 'ਤੇ ਤਾਂ ਪਿਆਰ ਕਰਦਾ ਹੋਣਾ ਵੱਧ। ਪਹਿਲਾਂ ਆਟਾ ਦਾਲ ਆਉਂਦਾ ਸੀ ਬਾਪੂ ਬਾਦਲ ਵੇਲੇ, ਕਹਿੰਦੇ ਪਾ ਦਿਓ ਵੋਟ ਪੰਜੇ ਨੂੰ ਨਾਲ ਘਿਓ ਖੰਡ ਤੇ ਚਾਹ ਪੱਤੀ ਆਈ, ਲੋਕਾਂ ਨੇ ਮੂੰਹ ਅੱਡ ਲਏ ਕਿ ਪਤਾ ਨਹੀਂ ਕਿੰਨਾ ਕਾਜੂ ਪਹਿਲੇ ਵਾਲਾ ਆਟਾ ਦਾਲ ਵੀ ਜਾਂਦਾ ਰਿਹਾ। ਇੱਕ ਪਾਸੇ ਤਾਂ ਕੈਪਟਨ ਸਰਕਾਰ ਕਿਸਾਨਾਂ ਦੇ ਕਰਜ਼ ਮਾਫ਼ੀ ਨੂੰ ਲੈ ਕੇ ਵਾਹ ਵਾਹ ਬਟੋਰਦੀ ਨਜ਼ਰ ਆ ਰਹੀ ਹੈ, ਤਾਂ ਦੂਜੇ ਪਾਸੇ ਪੰਜਾਬ ਦਾ ਕਿਸਾਨ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਲਗਾਤਾਰ ਖੁਦਕੁਸ਼ੀਆਂ ਕਰ ਰਿਹਾ। ਇੱਕ ਅਜਿਹੀ ਘਟਨਾ ਤਲਵੰਡੀ ਭਾਈ ਦੇ ਪਿੰਡ ਸੁਲਹਾਣੀ ਵਿਖੇ ਵਾਪਰੀ ਹੈ, ਜਿੱਥੇ ਇੱਕ ਗਰੀਬ ਕਿਸਾਨ ਨੇ ਪੱਖੇ ਨਾਲ ਫਾਹ ਲੈ ਕੇ ਖੁਦਕੁਸ਼ੀ ਕਰ ਲਈ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਸੁਖਦੇਵ ਸਿੰਘ ਦੇ ਕੋਲ ਕਰੀਬ 1.5 ਕਿੱਲਾ ਜ਼ਮੀਨ ਸੀ ਅਤੇ ਉਸ ਉੱਪਰ 15 ਲੱਖ ਰੁਪਏ ਦਾ ਕਰਜ਼ ਸੀ, ਜਿਸ ਤੋਂ ਤੰਗ ਆ ਕੇ ਸੁਖਦੇਵ ਸਿੰਘ ਨੇ ਖੁਦਕੁਸ਼ੀ ਕਰ ਲਈ। ਤੁਹਾਨੂੰ ਦੱਸ ਦਈਏ ਕਿ 7 ਸਾਲ ਪਹਿਲਾਂ ਮ੍ਰਿਤਕ ਸੁਖਦੇਵ ਦੇ ਛੋਟੇ ਭਰਾ ਨੇ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਇਸੇ ਤਰ੍ਹਾਂ ਫਾਹ ਲੈ ਕੇ ਖੁਦਕੁਸ਼ੀ ਕਰ ਲਈ ਸੀ ਅਤੇ ਹੁਣ ਘਰ ਵਿੱਚ ਕਮਾਉਣ ਵਾਲਾ ਕੋਈ ਵੀ ਨਹੀਂ ਰਿਹਾ, ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਅਤੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਦੇ ਪਰਿਵਾਰ ਨੂੰ ਵੱਧ ਤੋਂ ਵੱਧ ਸਹਾਇਤਾ ਦਿੱਤੀ ਜਾਵੇ। ਮਤਲਬ ਇਹਦੇ ਸਿਰ ਨਾ ਕਾਫੀ ਕਰਜ਼ਾ ਹੋਣ ਕਾਰਨ, ਜਿਹੜਾ ਮਤਲਬ 1 ਕਿੱਲਾ ਇਹਨੇ ਪਿੱਛੇ 5-7 ਦਿਨ ਹੋ ਗਏ ਮਤਲਬ ਵੇਚ ਕੇ, ਫਿਰ ਵੀ ਮਤਲਬ ਇਹਦਾ ਕਰਜ਼ਾ ਪੂਰਾ ਨਹੀਂ ਹੋਇਆ। ਠੀਕ ਹੈ। ਅਤੇ ਘੱਟ ਤੋਂ ਘੱਟ ਵੀ ਹਜੇ ਇਹਦੇ ਸਿਰ 10-15 ਲੱਖ ਰੁਪਈਆ ਕਰਜ਼ਾ ਸੀਗਾ। ਠੀਕ ਹੈ। ਅਤੇ ਜਿਹੜਾ ਮਤਲਬ 1 ਮਹੀਨੇ ਤੋਂ ਪਰੇਸ਼ਾਨੀ ਵਿੱਚ ਬਹੁਤ ਸੀਗਾ। ਠੀਕ ਹੈ। ਅਸੀਂ ਇਹਨੂੰ ਪੁੱਛਦੇ ਵੀ ਰਹੇ ਪਰ ਇਹਨੇ ਕੋਈ ਸਾਨੂੰ ਜਵਾਬ ਨਹੀਂ ਦਿੱਤਾ। ਠੀਕ ਹੈ। ਅਤੇ ਕੱਲ੍ਹ ਮਤਲਬ ਆਪਣੇ ਘਰ ਹੀ ਪੱਖੇ ਨੂੰ ਰੱਸੀ ਪਾ ਕੇ ਫਾਹ ਲੈ ਕੇ ਅਤੇ ਮੌਤ ਹੋ ਗਈ ਇਹਦੀ। ਠੀਕ ਹੈ। ਮਤਲਬ ਜੋ ਵੀ ਸਰਕਾਰ ਤੋਂ ਅਸੀਂ ਮੰਗ ਕਰਦੇ ਹਾਂ ਵੀ ਮਤਲਬ ਜਿੰਨਾ ਵੀ ਕੋਈ ਹੋ ਸਕਦਾ। ਠੀਕ ਹੈ।
ਤੇ ਜਿਹੜਾ ਹੈਲਪ ਕੀਤੀ ਜਾਵੇ। ਸ੍ਰੀ ਮਨੀਸ਼ ਕੁਮਾਰ ਮੈਂਬਰ ਪੰਚਾਇਤ ਸਲਵਾਣੀ ਨੇ ਟੈਲੀਫੋਨ 'ਤੇ ਤਲਾਹ ਦਿੱਤੀ ਸੀ ਕਿ ਸਾਡੇ ਪਿੰਡ ਦੇ ਸੁਖਦੇਵ ਸਿੰਘ ਜਿਹੜੇ ਹੈਗੇ ਆ ਉਹਨਾਂ ਨੇ ਸੁਸਾਈਡ ਕਰ ਲਈ ਹੈ। ਉਹਨਾਂ ਸਿਰ 'ਤੇ ਕਰਜ਼ਾ ਸੀ, ਕਾਫੀ ਚਿਰ ਪਰੇਸ਼ਾਨ ਰਹਿੰਦੇ ਕਰਜ਼ੇ ਕਰਕੇ, ਅਤੇ ਹੁਣ ਮੌਕੇ 'ਤੇ ਆਏ ਹਾਂ ਜੀ, ਵੈਰੀਫਾਈ ਕਰ ਰਹੇ ਹਾਂ ਜੋ ਵੀ ਪਰਿਵਾਰ ਬਿਆਨ ਦੇ। ਕਿਸਾਨ ਖੁਦਕੁਸ਼ੀਆਂ ਦੇ ਗ੍ਰਾਫ ਦੇ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਤਲਵੰਡੀ ਭਾਈ ਦੇ ਕਿਸਾਨ ਦੀ ਖੁਦਕੁਸ਼ੀ ਦੇ ਮਾਮਲੇ ਤੋਂ ਬਾਅਦ ਅੱਜ ਇੱਕ ਹੋਰ ਬਰਨਾਲਾ ਦੇ ਪਿੰਡ ਰੁੜਕੇ ਕਲਾਂ ਦੇ ਕਿਸਾਨ ਦੇ ਵੱਲੋਂ ਚੱਲਦੀ ਬੱਸ ਤੋਂ ਛਲਾਂਗ ਲਗਾ ਕੇ ਪਰੇਸ਼ਾਨੀ ਦੇ ਆਲਮ ਵਿੱਚ ਖੁਦਕੁਸ਼ੀ ਕਰ ਲਈ। ਇਸ ਸੰਬੰਧੀ ਮ੍ਰਿਤਕ ਕਿਸਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਸੇਵਕ ਸਿੰਘ ਸਿਰ ਕਰੀਬ 6 ਲੱਖ ਰੁਪਏ ਦਾ ਕਰਜ਼ ਸੀ, ਜਦਕਿ ਉਸ ਕੋਲ ਮਹਿਜ਼ 1.5 ਏਕੜ ਹੀ ਜ਼ਮੀਨ ਸੀ, ਜਿਸ ਤੋਂ ਪਰੇਸ਼ਾਨ ਹੋ ਕੇ ਉਸਨੇ ਅੱਜ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਦੱਸਿਆ ਜਾ ਰਿਹਾ ਕਿ ਕਿਸਾਨ ਸੇਵਕ ਸਿੰਘ ਆਪਣੇ ਪਰਿਵਾਰ ਦਾ ਗੁਜ਼ਾਰਾ ਮਜ਼ਦੂਰੀ ਕਰਕੇ ਚਲਾ ਰਿਹਾ ਸੀ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੇਵਕ ਸਿੰਘ ਨਾਂ ਦਾ ਬੰਦਾ ਸੀ, ਇਹ ਪਨੇਸਰ ਕੰਬਾਈਨ ਦੇ ਵਿੱਚ ਨਾ ਇਹ ਜੌਬ ਕਰਦਾ ਸੀ, ਲੇਬਰ ਦਾ ਕੰਮ ਕਰਦਾ ਸੀ। 10 ਕਨਾਲਾਂ ਦੇ ਕੋਲ ਜ਼ਮੀਨ ਸੀ, 2 ਬੱਚੇ ਸੀ ਇਹਦੇ, ਇੱਕ ਲੜਕਾ ਇੱਕ ਲੜਕੀ। ਅਤੇ ਲੜਕਾ +2 'ਚ ਪੜ੍ਹਦਾ ਸੀ, ਬੇਟੀ ਵੱਡੀ ਸੀ ਇਹਦੀ। ਅਤੇ 10 ਕਨਾਲਾਂ ਜ਼ਮੀਨ ਥੋੜ੍ਹੀ ਸੀ, ਇਸ ਕਰਕੇ ਇਹਨੇ ਕਰਜ਼ਾ ਕੁਰਜ਼ਾ ਲਿਆ ਹੋਇਆ ਸੀ ਕਾਫੀ। ਕਰਜ਼ੇ ਤੋਂ ਇਹ ਪਰੇਸ਼ਾਨ ਰਹਿੰਦਾ ਸੀ, ਮੈਂ ਲੜਕੀ ਦਾ ਵਿਆਹ ਕਿੱਦਾਂ ਕਰੂੰਗਾ, ਜਿਸ ਕਰਕੇ ਇਹਨੇ ਆਪਣੀ ਡਿਊਟੀ 'ਤੇ ਜਾ ਰਿਹਾ ਸੀਗਾ। 7 ਵਜੇ ਮੋਰਨਿੰਗ ਦਾ ਟਾਈਮ ਸੀਗਾ, 13/4/18 ਦੀ ਗੱਲ ਹੈ ਇਹ। ਇਹਨੇ ਬੱਸ ਦੀ ਪਿਛਲੀ ਤਾਕੀ ਖੋਲ੍ਹ ਕੇ ਛਾਲ ਮਾਰਤੀ, ਜਿਸ ਨਾਲ ਇਹਦੀ ਡੈਥ ਹੋ ਗਈ। ਇਹ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਸੁਸਾਈਡ ਕਰਨ ਦਾ ਕੇਸ ਹੈ, ਜਿਹੜੀ 174 ਦੀ ਕਾਰਵਾਈ ਅਸੀਂ ਅਮਲ 'ਚ ਲਿਆਂਦੀ ਹੈ, ਉਹਦਾ ਪੋਸਟਮਾਰਟਮ ਕਰਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ। ਕਰਜ਼ੇ ਦੇ ਚੱਕਰ ਦੇ ਵਿੱਚ ਹੀ ਇਹਨੇ ਸੁਸਾਈਡ ਜਿਹੜੀ ਇਹ ਹੋਇਆ, ਉਹਦੇ ਕਰਕੇ ਹੋਇਆ। ਕਰਜ਼ਾ ਉਹਨੇ 5-4 ਲੱਖ ਰੁਪਈਆ ਦੇਣਾ, ਘਰ ਦਾ ਗੁਜ਼ਾਰਾ ਤਾਂ ਜੀ ਦਿਹਾੜੀ ਦੱਪਾ ਕਰਦਾ ਸੀ ਉਹ, ਅਤੇ 1.5 ਕਿੱਲਾ ਬਾਣਦਾ ਸੀ, ਉਹਦੇ 'ਚ ਉਹਨੇ ਦੇ ਦਿੱਤਾ ਬਾਣ। ਪਰੇਸ਼ਾਨ ਰਹਿੰਦੇ ਸੀ 10 ਕੁ ਦਿਨਾਂ ਤੋਂ। ਸਰ ਸਾਡੇ ਸਰ ਥੋੜ੍ਹਾ ਜਿਹਾ ਕਰਜ਼ਾ ਸੀਗਾ 5-6 ਲੱਖ ਰੁਪਈਏ ਦਾ, ਅਤੇ ਬਸ ਉਹਨਾਂ ਨੂੰ ਐਂ ਸੀਗਾ, ਉਹ ਕਹਿੰਦੇ ਵੀ ਵੱਧ ਆ ਜਾਂਦਾ, ਕੋਈ ਹੱਲ ਹੈ ਨਹੀਂ ਗਾ, ਡਿਪਰੈਸ਼ਨ 'ਚ ਸੀ ਕਈ ਦਿਨਾਂ ਦੇ, ਅਤੇ ਹੰਢਿਆਏ ਜਾਂਦੇ ਸੀਗੇ, ਅਤੇ ਬਸ ਉਹਨਾਂ ਨੇ ਬੱਸ 'ਚੋਂ ਸਾਲ ਮਾਰੀ ਵੀ ਸਾਡੀ ਇਹੀ ਮੰਗ ਆ, ਜਾਂਦਾ ਸਾਡਾ ਕਰਜ਼ਾ ਲਾਇਆ ਜਾਵੇ ਜਾਂ ਸਾਡੇ ਪਰਿਵਾਰ ਨੂੰ ਨੌਕਰੀ ਦਿੱਤੀ ਹੈ। ਡਾਕਟਰ ਨੂੰ ਹਮੇਸ਼ਾ ਰੱਬ ਦਾ ਰੂਪ ਮੰਨਿਆ ਜਾਂਦਾ ਹੈ, ਪਰ ਫਿਰੋਜ਼ਪੁਰ ਦੇ ਵਿੱਚ ਇੱਕ ਵਾਇਰਲ ਹੋਈ ਡਾਕਟਰ ਦੀ ਵੀਡੀਓ ਨੇ ਡਾਕਟਰੀ ਦੇ ਇਸ ਖਿੱਤੇ ਨੂੰ ਪੂਰੀ ਤਰ੍ਹਾਂ ਦੇ ਨਾਲ ਸ਼ਰਮਸਾਰ ਕਰ ਦਿੱਤਾ ਹੈ। ਜੀ ਹਾਂ, ਇਸ ਵੀਡੀਓ ਦੇ ਵਿੱਚ ਸਿਵਲ ਹਸਪਤਾਲ ਫਿਰੋਜ਼ਪੁਰ ਦਾ ਇੱਕ ਡਾਕਟਰ ਇੱਕ ਮਹਿਲਾ ਨੂੰ ਉਸਦੇ ਵਾਲਾਂ ਤੋਂ ਹੱਥ 'ਚੋਂ ਫੜ ਕੇ ਘਸੀਟ ਰਿਹਾ ਹੈ ਅਤੇ ਉਸ ਨਾਲ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਦਾ ਦਿਖਾਈ ਦੇ ਰਿਹਾ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜਦੋਂ ਇਹ ਡਾਕਟਰ ਇਸ ਮਹਿਲਾ ਦੇ ਨਾਲ ਕਥਿਤ ਰੂਪ ਵਿੱਚ ਕੁੱਟਮਾਰ ਕਰ ਰਿਹਾ ਸੀ ਤਾਂ ਉਸੇ ਸਮੇਂ ਪੁਲਿਸ ਦੇ 2 ਮੁਲਾਜ਼ਮ ਵੀ ਮੌਜੂਦ ਸਨ, ਜੋ ਇਸ ਘਟਨਾ ਨੂੰ ਮੂਕ ਦਰਸ਼ਕ ਬਣ ਕੇ ਦੇਖਦੇ ਰਹੇ। ਉਧਰ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਹੁਣ ਡਾਕਟਰ ਮੀਡੀਆ ਦੇ ਸਾਹਮਣੇ ਆਪਣੇ ਵੱਲੋਂ ਕੀਤੀ ਇਸ ਗਲਤੀ 'ਤੇ ਪਛਤਾ ਰਿਹਾ ਹੈ। ਦੂਜੇ ਪਾਸੇ ਪੁਲਿਸ ਨੇ ਇਸ ਸੰਬੰਧੀ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਵਿਭਾਗ ਵੀ ਡਾਕਟਰ ਖਿਲਾਫ਼ ਕਾਰਵਾਈ ਦੀ ਗੱਲ ਆਖ ਰਿਹਾ। ਲੇਡੀਜ਼ ਪਿਛਲੇ 15-20 ਦਿਨ ਤੋਂ ਆ ਰਹੀ ਹੈ ਮੈਡੀਸਿਨਸ ਲਿਖਾਉਣ ਲਈ। ਪਹਿਲਾਂ ਮੈਂ 1-2 ਵਾਰੀ ਇਹਦੀਆਂ ਦਵਾਈਆਂ ਲਿਖ ਦਿੱਤੀਆਂ ਸੀਗੀਆਂ ਕਿਉਂਕਿ ਦੂਜੇ ਡਾਕਟਰ ਨਹੀਂ ਸੀਗੇ। ਫਿਰ ਮੈਂ ਕੱਲ੍ਹ ਇਹਦੀ ਦਵਾਈ ਮੈਂ ਮਨਾ ਕਰਤੀ, ਮੈਂ ਕਿਹਾ ਮੈਂ ਨਹੀਂ ਲਿਖਣੀ ਹੈਗੀ ਕਿਉਂਕਿ ਐਕਸਟਰਾ ਦਵਾਈ ਦੇਣ ਦਾ ਤੁਹਾਨੂੰ ਮਨਾ ਕਰਦੇ ਹੈਗੇ ਆ, ਜਦੋਂ ਪੇਸ਼ੈਂਟ ਨੂੰ ਕੋਈ ਦਿੱਕਤ ਹੀ ਨਾ ਲੱਗੇ ਤੁਹਾਨੂੰ ਤਾਂ ਦਵਾਈ ਨਹੀਂ ਲਿਖਣੀ ਚਾਹੀਦੀ। ਕੱਲ੍ਹ ਇਹ ਆਈ, ਕਹਿੰਦੀ ਮੈਨੂੰ ਧੱਕੇ ਨਾਲ ਦਵਾਈ ਲਿਖੋ ਹੈਗੇ, ਮੈਂ ਇਹ ਕਰਨਾ ਉਹ ਕਰਨਾ ਹੈਗਾ, ਮੈਂ ਮਨਾ ਕਰ ਦਿੱਤਾ। ਉਸ ਤੋਂ ਬਾਅਦ ਇਹ ਬਾਕੀ ਪੇਸ਼ੈਂਟ ਖੜ੍ਹੇ ਸੀ ਬਾਹਰ ਚਲੀ ਗਈ, ਰੂਮ ਤੋਂ ਬਾਹਰ ਚਲੀ ਗਈ।
ਫਿਰ ਮੈਂ ਬਾਕੀ ਪੇਸ਼ੈਂਟ ਦੇਖ ਕੇ ਵਾਸ਼ਰੂਮ ਕਰਨ ਗਿਆ, ਆ ਕੇ ਮੇਰੀ ਚੇਅਰ 'ਤੇ ਬੈਠ ਗਈ। ਮੈਂ ਇੱਕੋ ਦਮ ਰੂਮ 'ਚੋਂ ਬਾਹਰ ਨਿਕਲਿਆ ਅਤੇ SMO ਸਰ ਕੋਲ ਗਿਆ। SMO ਸਰ ਨੂੰ ਮੈਂ ਇਨਫੋਰਮ ਕੀਤਾ ਕਿ ਸਰ ਇਹ ਲੇਡੀ ਆਈ ਹੋਈ ਹੈ ਜਿਹੜੀ ਡਿਊਟੀ ਆਰਸ ਦੇ ਵਿੱਚ ਪਰੇਸ਼ਾਨ ਕਰ ਰਹੀ ਹੈ। ਉਹਨਾਂ ਨੇ ਮੈਨੂੰ ਕਿਹਾ 100 ਨੰਬਰ 'ਤੇ ਤੁਸੀਂ ਫੋਨ ਕਰੋ। ਮੈਂ 100 ਨੰਬਰ 'ਤੇ ਫੋਨ ਕੀਤਾ, ਪੁਲਿਸ ਵਾਲੇ ਆਏ। ਉਨੀ ਦੇਰ 'ਚ ਮੈਂ ਆਪਣੇ ਰੂਮ 'ਚ ਦੁਬਾਰਾ ਗਿਆ। ਇਹਨੇ ਮੇਰੇ ਮੁੱਕਾ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਪੱਗ 'ਤੇ ਹੱਥ ਪਾਉਣ ਦੀ ਕੋਸ਼ਿਸ਼ ਕੀਤੀ, ਜਿਹਦਾ ਮੈਂ ਇਹਨੂੰ ਪਕੜ ਕੇ ਪਿੱਛੇ ਕੀਤਾ। ਉਨੀ ਦੇਰ 'ਚ ਪੁਲਿਸ ਵਾਲਿਆਂ ਨੂੰ ਦੇਖ ਕੇ ਭੱਜਣ ਲੱਗੀ ਅਤੇ ਮੈਂ ਇਹਨੂੰ ਪਿੱਛੋਂ ਫੜ ਲਿਆ। ਗਾਲਾਂ ਗਲੋਚ ਕਰਨ ਲੱਗ ਗਈ ਮੇਰੇ ਨਾਲ। ਉਨੀ ਦੇਰ 'ਚ ਪੁਲਿਸ ਵਾਲੇ ਆ ਗਏ। ਬਾਕੀ ਵੀਡੀਓ 'ਚ ਨਹੀਂ, ਮੈਂ ਮੰਨਦਾ ਮੇਰੀ ਗਲਤੀ ਹੈ, ਜਾਇਜ਼ ਨਹੀਂ ਹੈਗਾ ਹੈ, ਮੈਨੂੰ ਲੇਡੀਜ਼ ਨਾਲ ਇਹ ਨਹੀਂ ਕਰਨਾ ਚਾਹੀਦਾ ਸੀਗਾ। ਉਹ ਅੱਜ ਇੱਕ ਵੀਡੀਓ ਵਾਇਰਲ ਹੋਈ ਹੈ, ਤੁਹਾਨੂੰ ਸਾਰਿਆਂ ਦੇਖੀ ਹੋਣੀ ਆ, ਸਿਵਲ ਅਫਸਰ ਫਿਰੋਜ਼ਪੁਰ ਵਿੱਚ ਇੱਕ ਡਾਕਟਰ ਇੱਕ ਲੇਡੀ ਨੂੰ ਗੁੱਤੋਂ ਫੜ ਕੇ ਉਹਦੇ ਨਾਲ ਮਿਸਬਿਹੇਵ ਕਰ ਰਿਹਾ, ਬਦਕਲਾਮੀ ਵੀ ਕੀਤੀ ਆ। ਉਹਦੇ ਸੰਬੰਧ ਵਿੱਚ ਸੁਮੋ ਮੋਟੋ FIR ਨੰਬਰ 82 ਥਾਣੇ ਸਿਟੀ ਦਰਜ ਕਰਤੀ ਆ। ਅਤੇ ਅਗਲੀ ਲੇਡੀ ਬਾਰੇ ਅੱਜ ਆਈਡੈਂਟੀਫਿਕੇਸ਼ਨ ਕੀਤੀ ਜਾ ਰਹੀ ਵੀ ਉਹ ਲੇਡੀ ਕੌਣ ਹੈ, ਉਹਨੂੰ ਭਾਲ ਕੇ ਅੱਗੇ ਫਰਦਰ ਜਾਂਚ ਜੋ ਵੀ ਸੰਬੰਧਿਤ ਕਾਰਵਾਈ ਜਿਹੜੀ ਹੋਈ ਹੈ। ਅਤੇ ਉੱਧਰ ਅੱਜ ਵਿਸਾਖੀ ਦੇ ਪਵਿੱਤਰ ਦਿਹਾੜੇ ਦੇ ਮੌਕੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸਥਿਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਲੱਖਾਂ ਸ਼ਰਧਾਲੂ ਨਤਮਸਤਕ ਹੋਏ ਅਤੇ ਗੁਰੂ ਸਾਹਿਬ ਦਾ ਆਸ਼ੀਰਵਾਦ ਲਿਆ। ਇਸ ਮੌਕੇ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ 'ਤੇ ਗੁਰਮਤਿ ਸਮਾਗਮ ਕਰਵਾਏ ਗਏ, ਗੁਰਦੁਆਰਾ ਸਾਹਿਬ ਨੂੰ ਖੂਬਸੂਰਤੀ ਦੇ ਨਾਲ ਸਜਾਇਆ ਗਿਆ। ਵਿਸਾਖੀ ਮੌਕੇ 'ਤੇ ਖਾਲਸਾਈ ਖੇਡਾਂ ਵੀ ਕਰਵਾਈਆਂ ਗਈਆਂ ਜੋ ਸੰਗਤਾਂ ਦੇ ਲਈ ਖਿੱਚ ਦਾ ਕੇਂਦਰ ਰਹੀਆਂ। ਇਸ ਮੌਕੇ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਨੇ ਵਿਸ਼ਵ ਵਿੱਚ ਵੱਸਦੀ ਸਮੂਹ ਸਿੱਖ ਸੰਗਤ ਨੂੰ ਵਧਾਈ ਦਿੱਤੀ। ਉੱਥੇ ਇਸ ਮੌਕੇ ਲੱਖਾਂ ਦੀ ਤਾਦਾਦ ਵਿੱਚ ਗੁਰੂ ਘਰ ਦੇ ਦਰਸ਼ਨਾਂ ਲਈ ਪਹੁੰਚੀਆਂ ਸੰਗਤਾਂ ਨੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰੀ ਅਤੇ ਆਪਣੇ ਆਪ ਨੂੰ ਵਡਭਾਗਾ ਸਮਝਿਆ। ਤੁਹਾਨੂੰ ਦੱਸ ਦਈਏ ਕਿ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਵਿਸਾਖੀ ਦਾ ਮੇਲਾ 3 ਦਿਨ ਚੱਲੇਗਾ ਜੋ ਕਿ 15 ਅਪ੍ਰੈਲ ਕੱਲ੍ਹ ਵੀ ਜਾਰੀ ਰਹੇਗਾ ਅਤੇ ਇਸ ਦੌਰਾਨ ਤਖ਼ਤ 'ਤੇ ਖਾਲਸਾਈ ਖੇਡਾਂ ਦਾ ਦੌਰ ਕੱਲ੍ਹ ਵੀ ਜਾਰੀ ਰਹੇਗਾ। 1699 ਦੀ ਵਿਸਾਖੀ ਵਾਲੇ ਦਿਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ 5 ਪਿਆਰੇ ਸਾਜ ਕੇ ਚਰਨ ਪਾਹੁਲ ਦੀ ਮਰਿਆਦਾ ਨੂੰ ਖੰਡੇ ਬਾਟੇ ਦੀ ਪਾਹੁਲ ਦੇ ਵਿੱਚ ਤਬਦੀਲ ਕਰਕੇ ਇਹ ਹੁਕਮ ਕੀਤਾ ਸੀ ਕਿ ਅੱਜ ਤੋਂ ਕੋਈ ਵੀ ਸਿੱਖ ਚਰਨ ਪਾਹੁਲ ਲੈ ਕੇ ਸਿੱਖ ਨਹੀਂ ਬਣੇਗਾ। ਜੋ ਵੀ ਸਿੱਖ ਹੈ, ਗੁਰੂ ਕਾ ਨਾਮ ਲੇਵਾ, ਗੁਰੂ ਨਾਨਕ ਨਾਮ ਲੇਵਾ ਸਿੱਖ ਹੈ, ਉਹਨੂੰ ਸਿੱਖ ਬਣਨ ਵਾਸਤੇ, ਸਿੰਘ ਬਣਨ ਵਾਸਤੇ ਖੰਡੇ ਬਾਟੇ ਦੀ ਪਾਹੁਲ ਛਕਣੀ ਅਤ ਲਾਜ਼ਮੀ ਹੈ। ਇਸ ਪਾਵਨ ਪਵਿੱਤਰ ਧਰਤੀ ਤੇ ਉਦੋਂ ਤੋਂ ਹੀ, ਕਿਉਂਕਿ ਵਿਸਾਖੀਆਂ ਤਾਂ ਜਦੋਂ ਦਾ ਸੰਸਾਰ ਹੋਂਦ ਵਿੱਚ ਆਇਆ, ਇਹ ਪ੍ਰਕਿਰਤੀ ਸਾਜੀ ਗਈ ਹੈ, ਉਦੋਂ ਦਾ ਹੀ ਵਿਸਾਖੀਆਂ ਸੰਸਾਰ ਮਨਾਉਂਦਾ ਆ ਰਿਹਾ। ਜਿਵੇਂ ਕਿ ਪੰਜਾਬ ਵਿੱਚ ਕਣਕਾਂ ਦੀ ਵਾਢੀ ਪੈਣੀ ਤੇ ਜ਼ਿਮੀਂਦਾਰਾਂ ਨੇ ਕਈ ਚਾਹ ਕਰਨੇ, ਲੇਕਿਨ ਜਿਹੜੀ ਵਿਸਾਖੀ 1699 ਵਾਲੇ ਦਿਨ ਇਸ ਪਾਵਨ ਪਵਿੱਤਰ ਧਰਤੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਮਨਾਈ ਸੀ, ਇਹ ਵਿਸਾਖੀ ਸਦੀਵ ਕਾਲ ਵਾਸਤੇ ਜੁਗਾਂ ਜੁਗਾਂਤਰਾਂ ਤੱਕ ਇਹ ਇਤਿਹਾਸ ਕੌਮ ਯਾਦ ਰੱਖੇਗੀ। ਹਜ਼ਾਰਾਂ ਹੀ ਸੰਗਤਾਂ ਇਸ ਪਾਵਨ ਪਵਿੱਤਰ ਧਰਤੀ ਤੇ ਖੰਡੇ ਬਾਟੇ ਦੀ ਪਾਹੁਲ ਛੱਕ ਕੇ ਗੁਰੂ ਪੰਥ ਵਿੱਚ ਸ਼ਾਮਲ ਹੋ ਕੇ ਸਿੰਘ ਬਣ ਕੇ ਤੇ ਆਪਣੇ ਜੀਵਨ ਨੂੰ ਸਫਲਾ ਕਰਦੀਆਂ ਨੇ, ਗੁਰੂ ਕੀ ਮਰਿਆਦਾ ਨੂੰ ਅਪਣਾਉਂਦੀਆਂ ਨੇ। ਸਮੁੱਚੇ ਖਾਲਸਾ ਪੰਥ ਨੂੰ ਦਾਸ ਵੱਲੋਂ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਪ੍ਰਬੰਧ ਵੱਲੋਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖਾਲਸਾ ਸਾਜਣਾ ਦਿਵਸ ਦੀਆਂ ਲੱਖਾਂ ਲੱਖਾਂ ਮੁਬਾਰਕਾਂ ਜੀ। ਹਰ ਸਾਲ ਆਈਦਾ ਆ ਅਤੇ ਗੁਰੂ ਦੇ ਦਰਸ਼ਨ ਕਰਨ ਆਈਦਾ, ਬਹੁਤ ਹੀ ਆਨੰਦ, ਬਹੁਤ ਹੀ ਵਧੀਆ ਲੱਗਦਾ ਆ, ਰੂਹ ਖੁਸ਼ ਹੁੰਦੀ ਆ, ਹਰ ਸਾਲ ਆਈਦਾ, ਮਾਰੇ ਚਰਨਾਂ 'ਚ ਲਾ ਕੇ ਰੱਖਿਆ। ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਅੱਜ ਲੁਧਿਆਣਾ ਪਹੁੰਚੇ, ਜਿੱਥੇ ਉਹਨਾਂ ਨੇ ਪੰਜਾਬ ਕਾਂਗਰਸ ਸਰਕਾਰ ਨੂੰ ਨਿਸ਼ਾਨੇ 'ਤੇ ਲੈਂਦਿਆਂ ਖੂਬ ਨਿਸ਼ਾਨੇ ਸਾਧੇ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਪੂਰੀ ਤਰ੍ਹਾਂ ਦੇ ਨਾਲ ਡਗਮਗਾ ਚੁੱਕੀ ਹੈ।
ਉਹਨਾਂ ਕਿਹਾ ਕਿ ਅੱਜ ਪੰਜਾਬ ਦਾ ਹਰ ਵਰਗ ਸਰਕਾਰ ਤੋਂ ਦੁਖੀ ਹੈ, ਜਿਸ ਦਾ ਨਤੀਜਾ ਹੈ ਕਿ ਹਰ ਵਰਗ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ ਉੱਤੇ ਧਰਨੇ ਦੇ ਰਿਹਾ। ਇਸ ਤੋਂ ਇਲਾਵਾ ਉਹਨਾਂ ਸੁਨੀਲ ਜਾਖੜ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਦੋਸਤਾਨਾ ਰਿਸ਼ਤਿਆਂ ਵਿੱਚ ਦਰਾਰ ਹੋਣ ਦੀ ਵੀ ਗੱਲ ਕਹੀ। ਉਹਦੇ ਉਹਨਾਂ ਕਈ ਹੋਰ ਮੁੱਦਿਆਂ ਉੱਤੇ ਵੀ ਆਪਣੀ ਪ੍ਰਤੀਕਿਰਿਆ ਜ਼ਾਹਰ ਕੀਤੀ। ਕਾਂਗਰਸ ਜੋ ਹੈ ਉਹ ਰਕਸ਼ਕ ਬਣ ਕੇ ਬਖਸ਼ਕ ਬਣ ਗਈ ਹੈ, ਝੂਠੇ ਵਾਅਦੇ ਕਰਕੇ ਗੁੰਮਰਾਹ ਕਰਕੇ ਲੋਕੋ ਸੇ ਸੱਤਾ ਹਾਸਿਲ ਕੀ ਹੈ ਔਰ ਲੋਕੋ ਕਾ ਸ਼ੋਸ਼ਨ ਕਰ ਰਹੀ ਹੈ। ਲੋਕ ਚਿੰਤਾ ਮੇ ਹੈ, ਲੋਕ ਕਸ਼ਟ ਮੇ ਹੈ। ਸੋ ਆਜ ਸਭੀ ਵਾਅਦੋ ਪੇ ਕਾਂਗਰਸ ਧਰਾਸ਼ਾਈ ਹੋ ਗਈ। ਯੂਥ ਆਪਣੇ ਆਪ ਕੋ ਠਗਾ ਮਹਿਸੂਸ ਕਰ ਰਿਹਾ, ਨਾ ਕਿਸੀ ਕੋ ਨੌਕਰੀ ਦੀ, ਨਾ ਕਿਸੀ ਕੋ ਬੇਰੋਜ਼ਗਾਰੀ ਭੱਤਾ ਦਿਆ, ਨਾ ਕਿਸਾਨੋ ਕਾ ਕਰਜ਼ਾ ਮਾਫ ਕੀਆ, ਨਾ ਮਹਿਲਾਓ ਕੋ ਨੌਕਰੀਆਂ ਦੀ, ਨਾ ਵਪਾਰੀਓ ਕੋ 5 ਰੁਪਏ ਕੀ ਬਿਜਲੀ ਦੀ। ਮੈਂ ਤਾਂ ਸਮਝਦਾ ਸੀ ਕਿ ਜਾਖੜ ਸਾਹਿਬ ਨਾ ਮੇਰੇ ਨਾਲ ਹੀ ਬੈਠੋ ਪ੍ਰੈਸ ਕਾਨਫਰੰਸ ਦੇ, ਜਾਖੜ ਸਾਹਿਬ ਤੁਸੀਂ ਵੀ ਸੜਕ ਤੇ ਆਓ। ਬਾਜਵਾ ਸਾਹਿਬ ਤੇ ਆ ਹੀ ਚੁੱਕੇ ਨੇ, ਬਾਜਵਾ ਸਾਹਿਬ ਨੇ ਤਾਂ ਕਿਹਾ ਨਿਕੰਮੀ ਕਾਂਗਰਸ ਦੀ ਸਰਕਾਰ ਹੈ, ਇਹ ਕੋਈ ਵਚਨ ਆਪਣਾ ਪੂਰਾ ਨਹੀਂ ਕਰ ਸਕੀ। ਜੇ ਸਾਂਸਦਾਂ ਦੀ ਬੈਠਕ ਮੁੱਖ ਮੰਤਰੀ ਨੇ ਬੁਲਾਈ ਔਰ ਉਹਦੇ ਵਿਚ ਬ੍ਰਹਮ ਮਹਿੰਦਰਾ ਜੀ ਦੀ ਜ਼ਿੰਮੇਵਾਰੀ ਲਾਈ, 17 ਸਾਂਸਦਾਂ ਨੇ ਬਾਈਕਟ ਕਰਤਾ, ਜਿਹਦੇ ਚੌਧਰੀ ਸੰਤੋਖ ਸਿੰਘ ਨਹੀਂ ਆਏ, ਜਿਹਦੇ ਬਿੱਟੂ ਜੀ ਨਹੀਂ ਆਏ, ਜਿਹਦੇ ਵਿਚ ਬਾਜਵਾ ਜੀ ਨਹੀਂ ਆਏ, ਜਿਹਦੇ ਵਿਚ ਦੂਲੋ ਜੀ ਨਹੀਂ ਆਏ। ਸੋ ਐਸੇ ਮੁੱਖ ਮੰਤਰੀ ਨੇ ਨਾ ਸਾਂਸਦਾਂ ਦਾ ਵਿਸ਼ਵਾਸ ਹੈ। ਜੇ ਮੰਤਰੀ ਲੈ ਲਓ ਤਾਂ ਨਵਜੋਤ ਸਿੰਘ ਸਿੱਧੂ ਬਾਰ ਬਾਰ ਕਹਿ ਚੁੱਕੇ ਨੇ ਮੈਨੂੰ ਕਾਨੂੰਨ ਵਿਵਸਥਾ ਦਿਓ ਮੈਂ ਠੀਕ ਕਰਨਾ, ਇਹਦਾ ਮਤਲਬ ਅਕਸ਼ਮ ਮੁੱਖ ਮੰਤਰੀ ਹੈ, ਵਿਸ਼ਵਾਸ ਖਤਮ ਹੈ। ਉਹ ਮੁੱਖ ਮੰਤਰੀ ਆਪਣੇ ਪ੍ਰਧਾਨ ਔਰ MP ਨੂੰ ਉਪਲਬਧ ਨਹੀਂ, ਜਾਖੜ ਜੀ ਅਪਮਾਨਿਤ ਹੋ ਕੇ ਉਹ ਮੁੱਖ ਮੰਤਰੀ ਤੋਂ ਆ ਗਏ। ਅੱਜ ਲੁਧਿਆਣੇ ਦੇ ਵਿਚ 1.5 ਸਾਲ ਦੇ ਵਿਚ ਮੁੱਖ ਮੰਤਰੀ ਇੱਕ ਵਾਰੀ ਆਏ, ਇਸੇ ਤਰ੍ਹਾਂ ਹੋਰ ਸ਼ਹਿਰ ਬਹੁਤ ਵੱਡੇ ਸ਼ਹਿਰ ਨੇ ਜਿੱਥੇ ਗਏ ਨਹੀਂ। ਬਾਦਲ ਸਾਹਿਬ ਹਰ ਮਹੀਨੇ ਹਰ ਦਿਨ ਲੋਕਾਂ ਦੀ ਨਜ਼ਰ ਆਉਂਦੇ ਸੀ। ਦਿਸ ਇਜ਼ ਦਾ ਐਵੀਡੈਂਸ ਕਿ ਦਿਸ ਇਜ਼ ਇਨਵਿਜ਼ੀਬਲ ਚੀਫ ਮਿਨਿਸਟਰਸ ਗਵਰਨਮੈਂਟ। ਖਾਲਸੇ ਦਾ ਸਾਜਨਾ ਦਿਵਸ ਅੱਜ ਇੱਥੇ ਪੂਰੀ ਵਿਸ਼ਵ ਦੀ ਸਿੱਖ ਸੰਗਤ ਦੇ ਵੱਲੋਂ ਬੜੀ ਸ਼ਰਧਾ ਅਤੇ ਸਤਿਕਾਰ ਦੇ ਨਾਲ ਮਨਾਇਆ ਗਿਆ। ਉੱਥੇ ਅੱਜ ਪਟਿਆਲਾ ਦੇ ਸਥਿਤ ਗੁਰਦੁਆਰਾ ਸ਼੍ਰੀ ਗੁਰੂ ਦੁੱਖ ਨਿਵਾਰਨ ਸਾਹਿਬ ਦੇ ਵਿਖੇ ਵੀ ਸੰਗਤਾਂ ਨੇ ਬੜੀ ਸ਼ਰਧਾ ਅਤੇ ਭਾਵਨਾ ਦੇ ਨਾਲ ਇਸ ਦਿਹਾੜੇ ਨੂੰ ਮਨਾਇਆ ਅਤੇ ਗੁਰੂ ਘਰ ਦੇ ਵਿੱਚ ਹਾਜ਼ਰੀ ਲਗਵਾ ਕੇ ਆਪਣੇ ਜੀਵਨ ਨੂੰ ਸਫਲ ਕੀਤਾ। ਸੋ ਖਾਲਸਾ ਪ੍ਰਗਟ ਦਿਵਸ ਸਮੁੱਚੀਆਂ ਨਾਨਕ ਨਾਮ ਲੇਵਾ ਸੰਗਤਾਂ ਅੱਜ ਇਹ ਪਾਵਨ ਗੁਰਧਾਮਾਂ ਅਸਥਾਨਾਂ 'ਤੇ ਬੜੀ ਸ਼ਰਧਾ ਭਾਵਨਾ ਨਾਲ ਜੁੜ ਕਰਕੇ ਇਹ ਮਨਾ ਰਹੀਆਂ ਨੇ। ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਪਰਸੋਂ ਤੋਂ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਸਨ। ਅੱਜ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਸਮਾਪਤੀ ਹੋਈ ਹੈ। ਦੀਵਾਨ ਸਜੇ ਹੋਏ ਹਨ, 12 ਵਜੇ ਤੱਕ ਦੀਵਾਨ ਸਜਣਗੇ, ਉਪਰੰਤ ਅੰਮ੍ਰਿਤ ਦਾ ਬਾਟਾ ਤਿਆਰ ਹੋਵੇਗਾ। ਅੰਮ੍ਰਿਤ ਦੀ ਦਾਤ ਅੰਮ੍ਰਿਤ ਅਬਲਾਖੀਆਂ ਨੂੰ ਦਿੱਤੀ ਜਾਵੇਗੀ। ਅੰਮ੍ਰਿਤ ਵੇਲੇ ਤੋਂ ਹੀ ਸੰਗਤਾਂ ਦੇ ਮਨਾਂ ਅੰਦਰ ਬੜੀ ਸ਼ਰਧਾ ਭਾਵਨਾ ਹੈ। ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਅਸਥਾਨ 'ਤੇ ਆ ਕੇ ਨਤਮਸਤਕ ਹੋ ਰਹੀਆਂ ਨੇ, ਸਰੋਵਰ ਵਿੱਚ ਇਸ਼ਨਾਨ ਕਰ ਰਹੀਆਂ ਨੇ, ਗੁਰੂ ਕੇ ਲੰਗਰ ਅੰਮ੍ਰਿਤ ਵੇਲੇ ਤੋਂ ਅਤੁੱਟ ਵਰਤ ਰਹੇ ਨੇ। ਸੋ ਇਸੇ ਤਰ੍ਹਾਂ ਨਿਰੰਤਰ ਇਹ ਦੀਵਾਨ ਸਜਣਗੇ 12 ਵਜੇ ਤੱਕ, ਉਪਰੰਤ ਅੰਮ੍ਰਿਤ ਦਾ ਬਾਟਾ ਤਿਆਰ ਹੋਵੇਗਾ। ਸਮੁੱਚੀਆਂ ਸੰਗਤਾਂ ਦੇ ਮਨਾਂ ਅੰਦਰ ਇਹ ਵੀ ਬੜਾ ਅੱਜ ਚਾਹ ਅਤੇ ਭਾਵਨਾ ਹੈ ਕਿ ਅੱਜ ਅਸੀਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਗੁਰੂ ਵਾਲੇ ਬਣਨਾ ਹੈ, ਖਾਲਸਾ ਪੰਥ ਦੇ ਅੰਦਰ ਸ਼ਾਮਿਲ ਹੋਣਾ ਹੈ। ਸੋ ਖਾਲਸਾ ਪ੍ਰਗਟ ਦਿਵਸ ਦੀ ਅਸੀਂ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਦੇ ਸਮੁੱਚੇ ਪ੍ਰਬੰਧ ਵੱਲੋਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ ਅਤੇ ਬੇਨਤੀ ਵੀ ਕਰਦੇ ਹਾਂ ਕਿ ਅੰਮ੍ਰਿਤ ਵਾ ਛੱਕ ਕੇ ਗੁਰੂ ਵਾਲੇ ਬਣੀਏ, ਬਾਣੀ ਅਤੇ ਬਾਣੇ ਦੇ ਧਾਰਨੀ ਹੋਈਏ। ਸੋਹਣਾ ਲੱਗ ਰਿਹਾ ਜੀ, ਕਿਉਂਕਿ ਜੇ ਅਗਰ ਰੋਜ਼ ਹੀ ਇਹੀ ਹੋਵੇ ਕਿ ਅਸੀਂ ਗੁਰਸਿੱਖਾਂ ਗੁਰੂ ਘਰ ਦੇ ਸਾਜੇ ਨਿਵਾਜੇ ਸਿੰਘ ਹੈ, ਸਾਨੂੰ ਗੁਰੂ ਜੀ ਨਾਲ ਜਿਸ ਤਰ੍ਹਾਂ ਅੱਜ ਦੀ ਸ਼ਰਧਾ, ਇਸੇ ਤਰ੍ਹਾਂ ਅਸੀਂ ਰੋਜ਼ ਵੀ ਸ਼ਰਧਾ ਰੱਖੀਏ, ਗੁਰੂ ਸਾਹਿਬ ਦੇ ਚਰਨਾਂ ਨਾਲ ਜੁੜੇ ਰਹੀਏ, ਤਾਂ ਹੀ ਸਾਡਾ ਗੁਰੂ ਦਾ ਮਿਲਾਪ ਹੋ ਸਕਦਾ। 1699 ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਜੀ ਨੇ ਖਾਲਸਾ ਪੰਥ ਸਾਜਿਆ, ਜਿੱਥੋਂ ਅਸੀਂ ਪੰਥ ਗੁਰੂ ਸਾਹਿਬ ਦੇ ਪੁੱਤਰ ਵਜੋਂ ਨਿਵਾਜੇ ਗਏ। ਗੁਰੂ ਸਾਹਿਬ ਨੇ ਸਾਨੂੰ ਵਡਿਆਈਆਂ ਬਖਸ਼ੀਆਂ, ਅੰਮ੍ਰਿਤਧਾਰੀ ਬਣੋ, ਸਿੰਘ ਸਜੋ। ਅਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਂਦੇ ਹਾਂ ਕੁਝ ਅਹਿਮ ਅਤੇ ਖਾਸ ਖਾਸ ਸੁਰਖੀਆਂ 'ਤੇ।
ਮਸ਼ਹੂਰ ਪੰਜਾਬੀ ਗਾਇਕ ਪਰਮੇਸ਼ ਵਰਮਾ 'ਤੇ ਹੋਇਆ ਜਾਨਲੇਵਾ ਹਮਲਾ, ਦੋ ਕਾਰ ਸਵਾਰਾਂ ਵੱਲੋਂ ਹਮਲੇ ਦਾ ਸ਼ੱਕ, ਸੀਸੀਟੀਵੀ ਕੈਮਰਿਆਂ ਨੂੰ ਖੰਗਾਲ ਰਹੀ ਹੈ ਪੁਲਿਸ, ਫੇਸਬੁੱਕ 'ਤੇ ਹਮਲੇ ਦੀ ਜ਼ਿੰਮੇਵਾਰੀ ਵੀ ਸ਼ੁਰੂ ਕੀਤੀ ਪੜਤਾਲ। ਵਿਸਾਖੀ ਮੌਕੇ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਤਲਵੰਡੀ ਸਾਬੋ 'ਚ ਸਜਾਈ ਗਈ ਸਿਆਸੀ ਕਾਨਫਰੰਸ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵਿਸ਼ੇਸ਼ ਰੂਪ ਤੋਂ ਕੀਤੀ ਸ਼ਿਰਕਤ। ਅਕਾਲੀ ਭਾਜਪਾ ਗੱਠਜੋੜ ਨੂੰ ਲਿਆ ਨਿਸ਼ਾਨੇ 'ਤੇ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਕੀਤਾ ਪਲਟਵਾਰ। ਫਗਵਾੜਾ ਵਿਖੇ ਦੋ ਵਰਗਾਂ ਦੀ ਹੋਈ ਝੜਪ 'ਚ ਜ਼ਖਮੀਆਂ ਦਾ ਸਰਕਾਰ ਕਰਵਾਏਗੀ ਇਲਾਜ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਾਰੀ ਕੀਤੇ ਨਿਰਦੇਸ਼। ਹੁਸ਼ਿਆਰਪੁਰ, ਕਪੂਰਥਲਾ, ਜਲੰਧਰ ਅਤੇ SBS ਨਗਰ 'ਚ ਸੁਰੱਖਿਆ ਦੇ ਮੱਦੇਨਜ਼ਰ ਇੰਟਰਨੈੱਟ ਸੇਵਾਵਾਂ ਵੀ ਕੀਤੀਆਂ ਠੱਪ। ਕਾਨੂੰਨ ਵਿਵਸਥਾ ਨੂੰ ਭੰਗ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਦੇ ਦਿੱਤੇ ਨਿਰਦੇਸ਼। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮਨਾਇਆ ਗਿਆ ਖਾਲਸੇ ਦਾ ਸਾਜਨਾ ਦਿਵਸ, ਸੰਗਤਾਂ ਨੇ ਸ਼ਰਧਾ ਅਤੇ ਭਾਵਨਾ ਦੇ ਨਾਲ ਭਰੀ ਗੁਰੂ ਘਰ 'ਚ ਹਾਜ਼ਰੀ। ਖਾਲਸਾਈ ਖੇਡਾਂ ਰਹੀਆਂ ਖਿੱਚ ਦਾ ਕੇਂਦਰ। ਜਥੇਦਾਰ ਗਿਆਨੀ ਰਘਵੀਰ ਸਿੰਘ ਨੇ ਸਿੱਖ ਸੰਗਤਾਂ ਨੂੰ ਦਿੱਤੀ ਵਧਾਈ। ਫਿਰੋਜ਼ਪੁਰ ਦੇ ਸਿਵਲ ਹਸਪਤਾਲ 'ਚ ਡਾਕਟਰ ਨੇ ਮਹਿਲਾ ਨਾਲ ਕੀਤੀ ਕੁੱਟਮਾਰ, ਕੁੱਟਮਾਰ ਦਾ ਵੀਡੀਓ ਵੀ ਹੋਇਆ ਵਾਇਰਲ। ਡਾਕਟਰ ਨੇ ਮੀਡੀਆ ਸਾਹਮਣੇ ਮੰਨੀ ਗਲਤੀ, ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਕੀਤੀ ਸ਼ੁਰੂ। ਅਤੇ ਨਹੀਂ ਰੁਕ ਰਿਹਾ ਪੰਜਾਬ ਦੇ ਵਿੱਚ ਕਿਸਾਨ ਖੁਦਕੁਸ਼ੀਆਂ ਦਾ ਸਿਲਸਿਲਾ। ਪੰਜਾਬ ਦੇ ਦੋ ਹੋਰ ਕਿਸਾਨਾਂ ਨੇ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਕੀਤੀ ਖੁਦਕੁਸ਼ੀ, ਪਰਿਵਾਰਾਂ ਵੱਲੋਂ ਸਰਕਾਰ ਤੋਂ ਵਿੱਤੀ ਮਦਦ ਦੀ ਮੰਗ। ਪੰਜਾਬੀ ਸਰਗਰਮੀਆਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਫਿਲਹਾਲ ਲਈ ਇੰਨਾ ਹੀ। ਮੈਨੂੰ ਦੀ ਇਜਾਜ਼ਤ, ਧੰਨਵਾਦ।